डेवलपमेंट। सर ये बिल्डिंग बनी है, ये दोनों साइड की पुरानी बिल्डिंग है, उसका एरिया देख लो और इनका एरिया देख लो, आपके सामने है, आप बता दीजिए सर। तीन नोटिस दिते गए हैं जी, नोटिस जी दादा जो उत्थे भी दिते उत्थे तक गए नहीं तुसी, अड्डा बैर की तोड़ी गए यार मेरे को, बाजी ताडे को नहीं मेरे को, मेरे जड़ी जुरु सेशन दी गल है, मेरे को अजय पॉलिटिकल गल कह दा, मेरे को कोई मतलब नहीं, मैं लीडर नहीं है, मैं वैसे ही लड़ी हां, मैं फोड़ियां ना, मैं तड़वाणियां कमो साहब कह रहे हैं मेरे को, एक तड़वान नहीं आ रही है, पर नया मार्ग पे बर्बाद सर दिन, अरे नया नया कुछ नहीं है, अजी नया कुछ नहीं है, रंगियां पौड़ियां जी, देखो सीधी गल अजी नया कुछ नहीं करेंगे सर, पौड़ियां पड़ियां पौड़ियां रिपेयर की, कोई नोटिस नहीं है, सब रिपेयर है, रिपेयर है, उधर गया है ਇਹਨਾਂ ਜੀ। ਇੱਕ ਸ਼੍ਰੀਮਤੀ ਸੀਮਾ ਮਹਿਣ ਦੇ ਨਾਂ 'ਤੇ, ਸੀਮਾ ਮਹਿਣ ਦੇ ਨਾਂ 'ਤੇ ਇੱਕ ਕੋਈ ਸ਼ੋਰੂਮ ਹੈਗਾ ਜਿਹੜੀ ਉੱਥੇ ਕੰਸਟਰਕਸ਼ਨ ਚੱਲ ਰਹੀ ਸੀਗੀ, ਉਹਨਾਂ ਨੇ ਨਵੀਂ ਕੰਸਟਰਕਸ਼ਨ ਸ਼ੁਰੂ ਕੀਤੀ ਹੈ ਜੋ ਕਿ BBMB ਲੈਂਡ ਦੇ ਵਿੱਚ ਉਹ ਬੰਦੇ ਆਪਣੇ ਕੰਸਟਰਕਸ਼ਨ ਕਰ ਰਹੇ ਸੀਗੇ, ਅਤੇ ਉਹਨਾਂ ਨੂੰ ਆਪਾਂ ਜੋ ਸਾਡਾ ਪ੍ਰੋਸੀਜਰ ਹੈਗਾ ਹੈ ਤਿੰਨ ਨੋਟਿਸਾਂ ਰਾਹੀਂ ਪਹਿਲਾਂ ਦੱਸਿਆ। ਫਸਟ ਨੋਟਿਸ 29/6/2024 ਨੂੰ ਆਪਾਂ ਉਹਨਾਂ ਦੇ ਭੇਜਿਆ ਸੀਗਾ, ਅਤੇ ਉਹਨਾਂ ਨੇ ਰਿਸੀਵ ਨਹੀਂ ਕੀਤਾ, ਉਹਨਾਂ ਦੀ ਦੀਵਾਰ 'ਤੇ ਚਿਪਕਾ ਕੇ ਸਾਡੇ ਬੰਦਿਆਂ ਨੇ ਉੱਥੇ ਜੋ ਵੀ ਹੈਗਾ ਉਹਦੀ ਕਾਰਵਾਈ ਕਰਕੇ ਆਏ ਆ, ਉਹਦੀ ਫੋਟੋਗ੍ਰਾਫੀ ਕਰਕੇ ਆ ਗਏ ਆ, ਅਤੇ ਐਵੇਂ ਸੈਕਿੰਡ ਨੋਟਿਸ ਅਤੇ ਐਵੇਂ ਥਰਡ ਨੋਟਿਸ। ਆਫਟਰ 3 ਨੋਟਿਸ ਉਹ ਬੰਦੇ ਦੇ ਅੱਜ ਫਿਰ ਪੁਲਿਸ ਪ੍ਰੋਟੈਕਸ਼ਨ ਨੂੰ ਨਾਲ ਲੈ ਕੇ ਆਪਾਂ ਢਾਣ ਗਏ ਸੀਗੇ, ਇੰਨੀ ਗੱਲ ਹੋਈ ਹੈ। ਅਤੇ ਉੱਥੇ ਜਦੋਂ ਗਏ ਹੈ ਤਾਂ ਤੁਸੀਂ ਮੀਡੀਆ ਸਾਰਾ ਉੱਥੇ ਸੀਗਾ ਹੀ ਹਾਜ਼ਰੀ ਦੇ ਵਿੱਚ, ਤੁਹਾਡੀ ਦੇ ਵਿੱਚ ਗਰੁੱਪ ਆਫ ਪੀਪਲਸ ਨੇ ਕਾਫੀ ਜ਼ਿਆਦਾ ਪੈਨਿਕ ਕ੍ਰੀਏਟ ਕੀਤਾ ਉੱਥੇ ਜਿਹੜਾ ਮਾਹੌਲ ਹੈ, ਅਤੇ ਸਾਡੇ ਡਿਪਾਰਟਮੈਂਟ ਦੇ ਉੱਤੇ ਕੋਈ ਬਹੁਤ ਗਲਤ ਬੇਬੁਨਿਆਦ ਜਿਹੜੇ ਇਲਜ਼ਾਮ ਵੀ ਲਗਾਏ ਹੈ। ਹਾਂਜੀ ਕਿਹਾ ਉਹਨਾਂ ਨੇ ਇਹ ਗੱਲ, ਬਟ ਮੈਨੂੰ ਇਹ ਗੱਲ ਦਾ ਜਵਾਬ ਮੈਂ ਇਹੀ ਦੇਵਾਂਗਾ, ਇਹ ਬੇਬੁਨਿਆਦ ਗੱਲਾਂ ਨੇ। 29/6/2024 ਨੂੰ ਉਹਨਾਂ ਨੂੰ ਫਸਟ ਨੋਟਿਸ ਹੈਗਾ, ਅੱਜ ਡੇਟ ਤੁਸੀਂ ਦੇਖ ਲਓ ਕਿੰਨੀ ਹੋ ਗਈ ਹੈ ਜੀ, 24/2024, ਅਤੇ ਅੱਜ ਜਦੋਂ ਉਹਨਾਂ ਦੇ ਉੱਥੇ ਡਿਪਾਰਟਮੈਂਟ ਆਪਣੀ ਮਸ਼ੀਨਰੀ ਅਤੇ ਪੁਲਿਸ ਫੋਰਸ ਦੇ ਸਹਿਤ ਗਿਆ, ਉਸ ਸਮੇਂ ਹੀ ਇਹ ਗੱਲ ਕਿਉਂ ਬਾਹਰ ਆਈ, ਇਹ ਅਸੀਂ ਸਾਰੇ ਜਾਣੀ ਜਾਣਾ ਇਸ ਗੱਲ ਤੋਂ। 29/6 ਤੋਂ ਲੈ ਕੇ 24/6 ਦੇ ਵਿੱਚ ਜਿੰਨਾ ਵੀ ਸਮਾਂ, 24/7 ਤੱਕ ਜਿੰਨਾ ਵੀ ਸਮਾਂ ਸੀਗਾ, ਇਸ ਸਮੇਂ ਦੌਰਾਨ ਅਗਰ ਮੈਂ ਇਹੋ ਜਿਹੀ ਕੋਈ ਡਿਮਾਂਡ ਕੀਤੀ ਹੁੰਦੀ ਉਹਨਾਂ ਕੋਲੋਂ ਤਾਂ ਉਹ ਕੰਪਲੇਂਟ ਕਿਉਂ ਨਹੀਂ ਕੀਤੀ ਉਹਨਾਂ ਨੇ, ਇਹ ਉਹਨਾਂ ਤੋਂ ਕਿਰਪਾ ਕਰਕੇ ਇੱਕ ਸਵਾਲ ਤੁਹਾਡੇ ਜ਼ਰੀਏ ਮੈਂ ਵੀ ਪੁੱਛਣਾ ਚਾਹੂੰਗਾ। ਅਤੇ ਬਿਲਕੁਲ ਜੀ ਨਜਾਇਜ਼ ਕਬਜ਼ਾ ਹੈ, ਅਤੇ ਜੇ ਹੁਣ ਇਹਦੇ ਉੱਤੇ ਅੱਗੇ ਅਸੀਂ ਇਹਨਾਂ ਨੇ ਨਹੀਂ ਹਟਾਇਆ ਤਾਂ ਦੁਬਾਰਾ ਫਿਰ ਐਕਸ਼ਨ ਲਵਾਂਗੇ, ਜੋ ਅੱਜ ਉੱਤੇ ਹੋਇਆ ਹੀ ਹੈ। ਹਾਂਜੀ ਇਸ ਤੋਂ ਪਹਿਲਾਂ ਵੀ ਮੈਂ ਇੱਥੇ ਇਹ ਦੱਸਣਾ ਚਾਹਾਂਗਾ ਕਿ ਮੈਂ ਮਿਤੀ 22/2024 ਨੂੰ ਇੱਥੇ ਜੁਆਇਨ ਕੀਤਾ ਸੀਗਾ ਇਸ ਦਫ਼ਤਰ ਦੇ ਵਿੱਚ, ਇਸ ਦਫ਼ਤਰ ਦੇ ਵਿੱਚ ਜੁਆਇਨ ਕਰਨ ਉਪਰੰਤ ਮੇਰੇ ਵੱਲੋਂ ਆਪਦੀ ਟੀਮ ਦੀ ਮਦਦ ਦੇ ਨਾਲ 145 ਏਕੜ ਜ਼ਮੀਨ ਪਿੰਡ ਅਗੰਪੁਰ ਤਹਿਸੀਲ ਅਨੰਦਪੁਰ ਸਾਹਿਬ ਵਿਖੇ BBMB ਦੀ ਛੁਡਵਾਈ ਗਈ ਹੈ, 188 ਏਕੜ ਜ਼ਮੀਨ ਜਿਹੜੀ ਫਾਇੰਡ ਆਊਟ ਕੀਤੀ ਹੈ ਰਾਏਪੁਰ ਪਿੰਡ ਦੇ ਵਿੱਚ, ਠੀਕ ਹੈ, ਉਹਦੀ ਨਿਸ਼ਾਨਦੇਹੀ ਜਲਦ ਹੋਣ ਜਾ ਰਹੀ ਹੈ, ਠੀਕ ਹੈ। ਅਤੇ ਅਗਰ ਅਸੀਂ ਇਹੋ ਜਿਹੀਆਂ ਕਾਰਵਾਈਆਂ ਕਰਨੀਆਂ ਹੁੰਦੀਆਂ ਤਾਂ ਇਹ 19 ਫੁੱਟ ਬਾਏ ਜਿੰਨਾ ਵੀ ਉਹਨਾਂ ਦੀ ਡਿਮੈਂਸ਼ਨ ਇਹਦੇ ਵਿੱਚ ਆਉਂਦੀ ਹੈ ਤਾਂ ਇਹਨਾਂ ਤੋਂ ਪੈਸੇ ਦੀ ਡਿਮਾਂਡ ਨਾ ਕਰਦੇ। ਆਹ ਮੌਕੇ ਪਰ ਗਿਆ ਤੋ ਕਾਫੀ ਲੋਕ ਇਕੱਠੇ ਹੋਏ ਵਹਾਂ, ਵੈਸੇ ਜਬਕਿ ਇਤਨਾ ਕੋਈ ਐਸਾ ਉਹ ਨਹੀਂ ਥਾ, ਇਹ ਤਾਂ ਰੂਟੀਨ ਮੈਟਰ ਹੈ, ਹਮਾਰੇ ਐਸ ਡੀ ਓ ਸਾਹਿਬ ਸਾਈਟਾਂ ਦੇਖਤੇ ਹਨ, ਡਿਊਟੀ ਲਗਾਈ ਅੱਗੇ ਜਾਈ ਕਿ ਜੋ ਬੇਲਦਾਰ ਇੰਚਾਰਜ ਹੈ ਜੋ ਵੀ ਇੰਕਰੋਚਮੈਂਟ ਹੋਤੀ ਹੈ ਉਸਕੋ ਹਮ ਨੋਟਿਸ ਦੇ ਦਿੱਤੇ ਹੈ, ਪਹਿਲੇ ਏਕ ਨੋਟਿਸ ਦਿੱਤਾ ਹੈ, ਫਿਰ ਦੋ ਦਿੱਤਾ ਹੈ, ਤਿੰਨ ਦਿੱਤਾ ਹੈ, ਕਈ ਵਾਰ ਫੋਨ ਵੀ ਕਰ ਦਿੱਤਾ ਭਾਈ ਆਪਣੇ ਦਾਇਰੇ ਮੇਂ ਇਸਕੋ ਕਰ ਲਿਓ, ਤੋ ਨਹੀਂ ਕੋਈ ਮਾਨਤਾ ਹੋ ਫਿਰ ਉਸਕੇ ਲੀਏ ਟੀਮ ਭੇਜਣੀ ਪੜਤੀ ਹੈ, ਅਦਰਵਾਈਜ਼ ਇਸਕੋ ਸੈਰ ਦੇ ਵਿੱਚ ਸਾਰੇ ਕਵਰ ਹੋ ਜਾਏਗਾ, ਐਸਾ ਐਕਟੀਵਿਟੀ ਨਾ ਕਰੇ। ਉਹ ਵਾਰ ਜੋ ਮੈਂ ਦੇਖਿਆ
उन्होंने कुछ अवैध बढ़ाया हुआ था कि वो वैसे गर्म ज़्यादा होंगे लोग सस्ते, तो उन्होंने एक्सेप्ट कर लिया भी अपना तोड़ के ठीक करेंगे इसको, क्योंकि नया कब्जा हम किसी को नहीं करते। सर वो तोड़ रहे हैं मानना तो सर अगर वो खुद नहीं हटाते तो फिर आपकी कार्रवाई फिर शुरू होगी? प्रशासन सवेरे ही मैनू 10 बजे तो भी पहले करण महन का फोन आ गया कि JCB लैके उन्हां दा शोरूम ढाण दे लई आ गए। मैं संबंधित JEE दे बारे च पूछया, जो कहिंदे कि JEE साहब आए हैं, मैं कहा मेरी गल करा दिओ। JEE इन्ना गर्म मिजाज सी, ਕਹਿੰਦਾ ਜੀ ਮੈਂ ਕਿਸੇ ਨਾਲ ਗੱਲ ਨਹੀਂ ਕਰਨਾ, ਅਗਰ ਮੇਰੇ ਨਾਲ ਫੋਨ ਪਰ ਗੱਲ ਕਰ ਦਿੰਦਾ ਔਰ ਸਾਰੀ ਗੱਲ ਡਿਟੇਲ 'ਚ ਦੱਸ ਦਿੰਦਾ, ਹੋ ਸਕਦਾ ਐਡਾ ਗਰਮਾ ਗਰਮੀ ਦਾ ਮਾਹੌਲ ਨਾ ਹੋ। ਮੈਂ ਆਇਆ, ਈਵਨ ਆ ਕੇ ਮੈਂ ਉਹਨੂੰ ਦੱਸਿਆ ਕਿ ਵੀ ਮੈਂ ਕੌਣ ਹੈ, ਅਤੇ ਤਦ ਵੀ ਉਹਨੇ ਬਹੁਤ ਦੇਰ ਬਾਅਦ ਜਦੋਂ ਮੈਂ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਕਿ ਵੀ ਤੁਸੀਂ ਜਨਤਾ ਦੇ ਅਫਸਰ ਹੋ, ਤੁਸੀਂ ਪਬਲਿਕ ਦੇ ਪਬਲਿਕ ਮੈਨ ਹੋ, ਤੁਸੀਂ ਗਵਰਨਮੈਂਟ ਸਰਵੈਂਟ ਹੋ, ਜਨਤਾ ਦੇ ਸੇਵਾਦਾਰ ਹੋ, ਤੁਹਾਨੂੰ ਆਪਣਾ ਨਾਮ ਦੱਸਣਾ ਜ਼ਰੂਰ ਪਏਗਾ। ਤਦ ਜਾ ਕੇ ਉਹਨੇ ਕਿਹਾ ਕਿ ਮੇਰਾ ਨਾਮ ਗੁਰਪ੍ਰੀਤ ਸਿੰਘ। ਉਸ ਤੋਂ ਬਾਅਦ ਉਹ ਕਹਿੰਦੇ ਕਿ ਚਲੋ ਡਿਪਟੀ ਚੀਫ ਸਾਹਿਬ ਨਾਲ ਗੱਲ ਕਰ ਲਓ। ਮੈਂ ਕੰਬੋਜ ਸਾਹਿਬ ਨਾਲ ਵੀ ਗੱਲ ਕੀਤੀ, ਕੰਬੋਜ ਸਾਹਿਬ ਦੇ ਨਾਲ ਇਸ ਵਿਸ਼ੇ 'ਤੇ ਪਹਿਲੇ ਵੀ ਸਤਲੁਜ ਸਦਨ ਸੁਭਾਸ਼ ਸ਼ਰਮਾ ਜੀ, ਜੋ ਸਾਡੇ ਇੱਥੋਂ ਦੇ ਲੋਕ ਸਭਾ ਦੇ ਜਨਪ੍ਰਤੀਨਿਧੀ ਹੈ ਔਰ ਸਾਡੇ BJP ਦੇ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਹੈ, ਉਹਨਾਂ ਦੇ ਸਾਹਮਣੇ ਵੀ ਗੱਲ ਹੋ ਚੁੱਕੀ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਕੋਈ ਗੱਲ ਨਹੀਂ ਜੀ, ਆਪਾਂ ਨਹੀਂ ਕਰਾਂਗੇ। ਪਰ ਲੇਕਿਨ ਅੱਜ ਜਦੋਂ ਸਵੇਰੇ ਮੈਨੂੰ ਕਰਨ ਮਹਿਣ ਦਾ ਫੋਨ ਗਿਆ, ਬੜੀ ਹੈਰਾਨੀ ਹੋਈ ਉਸ ਵੇਲੇ ਔਰ ਮੈਂ ਇਮੀਡੀਏਟਲੀ ਜਦੋਂ JEE ਨੇ ਫੋਨ ਪਰ ਗੱਲ ਕਰਨ ਤੋਂ ਮਨਾ ਕੀਤਾ, ਮੈਂ ਇਕੱਲਾ ਹੀ ਡਰਾਈਵਰ ਨੂੰ ਫਟਾਫਟ ਕਿਹਾ ਕਿ ਵੀ ਚੱਲ ਗੱਡੀ ਕੱਢ ਔਰ ਮੈਂ ਦੌੜ ਕੇ ਆ ਗਿਆ। ਮੇਰੇ ਕਿਸੇ ਘਰ ਦੇ ਵੀ ਵਿਅਕਤੀ ਨੂੰ ਪਤਾ ਨਹੀਂ ਕਿ ਮੈਂ ਕਿੱਥੇ। ਸੋ ਇਸ ਕਰਕੇ ਕਿ ਵੀ ਕਾਰਿਆਕਰਤਾ ਨਾਲ, ਸਿਰਫ ਇਸ ਕਰਕੇ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਕਾਰਿਆਕਰਤਾ ਹੈ, SDO ਮਾਨ ਕਿਆ ਨਾਮ ਹੈ ਜੀ, ਕੰਗ SDO ਕੰਗ ਆਏ ਔਰ ਕਹਿਣ ਲੱਗੇ ਕਿ ਇਹ BJP ਦਾ ਕਾਰਕੁਨ ਹੈ, ਮੈਂ ਇਸ ਕਰਕੇ ਢਾਣੀ ਹੈ। ਔਰ ਉਹਨੇ ਇੱਕ ਵਾਰ ਨਹੀਂ ਕਈ ਵਾਰ ਇਹ ਗੱਲ ਰਿਪੀਟ ਕੀਤੀ ਕਿ BJP ਕਰਕੇ ਮੈਂ ਢਾ ਰਿਹਾ। ਅਸੀਂ ਕਿਹਾ, ਬਾਕੀ ਸਾਥੀਆਂ ਨੇ ਵੀ ਕਿਹਾ ਕਿ ਬਈ ਬਾਕੀ ਜਗ੍ਹਾ ਵੀ ਇਨਕਰੋਚਮੈਂਟ ਹੋਈ ਹੈ, ਤੁਸੀਂ ਇੱਕ ਵਾਢੇ 'ਤੇ ਕਰੋ, ਇੱਕ ਵਿੱਚੋਂ ਆ ਕੇ ਇੱਧਰ ਵੀ ਛੱਡ ਕੇ ਇੱਧਰ ਵੀ ਛੱਡ ਕੇ ਇੱਕ ਵਿਅਕਤੀ ਵਿਸ਼ੇਸ਼ ਪਰ ਤੂੰ ਇਨਕਰੋਚਮੈਂਟ ਦਾ ਕਰਕੇ ਕਰ ਰਹੇ ਹੋ, ਤੁਸੀਂ ਇੱਕ ਵਾਢੇ ਤੋਂ ਸ਼ੁਰੂ ਕਰੋ, ਇੱਕ ਪਾਸੇ ਤੋਂ ਸ਼ੁਰੂ ਕਰੋ, ਜਿਹਨੇ ਇਨਕਰੋਚਮੈਂਟ ਕੀਤੀ ਹੈ ਉਹਨੂੰ ਹਟਾਓ, ਅਸੀਂ ਨਹੀਂ ਰੋਕਾਂਗੇ। ਪਰ ਈਵਨ ਦੈਨ ਵੀ ਉਹ ਜਿੱਦ ਰਹੇ ਔਰ ਕੰਬੋਜ ਸਾਹਿਬ ਨੇ ਆ ਕੇ ਗੱਲ ਸੰਭਾਲੀ। ਪਰ ਲੇਕਿਨ ਜੋ ਮਿਸਟਰ ਕੰਗ ਸੀਗੇ ਉਸਦਾ ਵਤੀਰਾ, ਕਿਉਂਕਿ ਉਹਨੇ ਪਹਿਲੇ ਇਹਨਾਂ ਤੋਂ ਪੈਸੇ ਵੀ ਮੰਗੇ ਕਿ ਮੇਰਾ SDO ਦਾ ਸਟੇਟਸ ਹੈ, ਮੇਰਾ ਕੱਦ ਕਾਠ ਲੰਬਾ ਹੈ, ਮੇਰੇ ਹਿਸਾਬ ਨਾਲ ਪੈਸੇ ਦਿਓ, ਔਰ ਇਸ ਗੱਲ ਦੇ ਵਾਸਤੇ ਮਹਿਣ ਪਰਿਵਾਰ ਐਫੀਡੈਵਿਟ ਦੇਣ ਨੂੰ ਵੀ ਤਿਆਰ ਹੈ। ਔਰ ਇਹ ਗੱਲ ਅਸੀਂ ਹਾਈ ਕਮਾਂਡ ਦੇ ਧਿਆਨ 'ਚ ਵੀ ਲਿਆਵਾਂਗੇ, ਖੱਟਰ ਜੀ ਦੇ ਧਿਆਨ 'ਚ ਵੀ ਲਿਆਵਾਂਗੇ ਔਰ ਹੋਰ ਉੱਚ ਅਧਿਕਾਰੀਆਂ ਦੇ ਧਿਆਨ 'ਚ। ਸਰ ਉਹ ਕਹਿੰਦੇ ਕਿ ਤੁਸੀਂ ਰਾਜਨੀਤਿਕ ਦਬਾਅ ਬਣਾ ਰਹੇ ਹੋ। ਰਾਜਨੀਤਿਕ ਦਬਾਅ ਅਸੀਂ ਇਸ ਕਰਕੇ ਬਣਾ ਰਹੇ ਹਾਂ ਕਿ ਜਦੋਂ ਉਹਨਾਂ ਨੇ ਪਰਟੀਕੁਲਰਲੀ ਇਹ ਗੱਲ ਕਹੀ ਕਿ ਕਰਨ ਮਹਿਣ BJP ਦਾ ਬੰਦਾ ਹੈ,
ਉਹ ਤੁਸੀਂ ਕੈਪਚਰ ਵੀ ਕੀਤਾ ਹੋਣਾ, ਉਹਨੇ ਇੱਕ ਵਾਰ ਨਹੀਂ ਕਈ ਵਾਰ ਬੋਲਿਆ, ਔਰ ਜਦੋਂ ਕਰਨ ਮਹਿਣ ਬੀਜੇਪੀ ਦਾ ਵਰਕਰ ਹੈ ਉਹਨੂੰ ਇਕੱਲੇ ਨੂੰ ਇੱਥੇ ਉਸ 'ਤੇ ਨੋਇੰਗਲੀ ਆ ਕੇ ਇਨਕਰੋਚਮੈਂਟ ਉਹਦੀ ਜੋ ਨਹੀਂ ਹੈ ਉਹਨੂੰ ਢਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਨਾਂ ਇਨਕਰੋਚਮੈਂਟ 'ਤੇ। ਜਿਨ੍ਹਾਂ ਨੇ ਇਨਕਰੋਚਮੈਂਟ ਕੀਤੀ ਹੈ ਉਹਨਾਂ ਨੂੰ ਕਿਸੇ ਨੂੰ ਆਮ ਆਦਮੀ ਪਾਰਟੀ ਦੀ ਸ਼ੈ, ਕਿਸੇ ਨੂੰ ਕਿਸੇ ਹੋਰ ਪਾਰਟੀ ਦੀ ਸ਼ੈ, ਉੱਥੇ ਜਾ ਨਹੀਂ ਰਹੇ। ਤਦ ਅਸੀਂ ਬੀਜੇਪੀ ਹੋਣ ਦੇ ਨਾਤੇ ਅਸੀਂ ਆਪਣੇ ਕਾਰਜਕਰਤਾ ਵਾਸਤੇ ਅਤੇ ਸਰ ਹੁਣ ਕੀ ਕਦਮ ਹੋਊਗਾ ਅਗਲਾ, ਕਿਉਂਕਿ ਉਹ ਤਾਂ ਕਹਿ ਗਏ ਟਾਣਾ ਹੀ ਟਾਣਾ ਹੈ। ਬਿਲਕੁਲ ਨਹੀਂ ਜੀ ਟਾ ਸਕਦੇ, ਇਸ ਗੱਲ ਦਾ ਮੈਂ ਮਹਿਣ ਪਰਿਵਾਰ ਨੂੰ ਔਰ ਤੁਹਾਡੀ ਸਾਰੀ ਪ੍ਰੈਸ ਦੇ ਮਾਧਿਅਮ ਦੇ ਨਾਲ ਪ੍ਰਸ਼ਾਸਨ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਜਦੋਂ ਤੱਕ ਇੱਥੋਂ ਦੇ ਲੋਕ ਸਭਾ ਦੇ ਜਨ ਪ੍ਰਤੀਨਿਧੀ ਸੁਭਾਸ਼ ਸ਼ਰਮਾ ਹੈ, ਜਦੋਂ ਤੱਕ ਇਸ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਹੈ, ਜਦੋਂ ਤੱਕ ਸਾਡੇ ਇਸ ਪਾਵਰ ਵਿੰਗ ਦੇ ਪ੍ਰਧਾਨ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਔਰ ਦਾਸ ਇਸ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦਾ ਜਨ ਪ੍ਰਤੀਨਿਧੀ ਹੈ, ਕਿਸੇ ਮਾਈ ਦੇ ਲਾਲ ਦੀ ਤਾਕਤ ਨਹੀਂ ਕਿ ਇੱਧਰ ਨੂੰ ਤੱਕ ਜਾਵੇ। ਓਕੇ।